is broken. ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਖਬਰਾਂ ਦੀ ਖਬਰ ਲਏ, ਸਭ ਦੀ ਖਬਰ ਲਏ, ਸਭ ਨੂੰ ਖਬਰ ਦੇ। ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ, ਉਹ ਖਬਰਾਂ, ਉਹ ਸਾਰਾ ਚੱਕਰ ਜੋ ਚੱਲ ਰਿਹਾ ਹੈ, ਜਿਸ ਦੇ ਨਾਲ ਅੱਜ ਮੌਜੂਦਾ ਹੋਣ ਵਾਲੀਆਂ ਵਾਪਰ ਰਹੀਆਂ ਉਹਨਾਂ ਖਬਰਾਂ ਦੇ ਨਾਲ ਸਾਡਾ ਭਵਿੱਖ ਤੈਅ ਹੋਣਾ ਹੈ। ਅਸਲ ਵਿੱਚ ਇਹ ਸਹੀ ਹੈ, ਅਸੀਂ ਇਤਿਹਾਸ ਦੇ ਇੱਕ ਪਾਤਰ ਹਾਂ। ਸਾਡੇ ਆਲੇ ਦੁਆਲੇ ਲਗਾਤਾਰ ਇਤਿਹਾਸ ਸਿਰਜਿਆ ਜਾ ਰਿਹਾ ਹੈ, ਸਾਨੂੰ ਉਸ ਦੀ ਸਮਝ ਹੋਏ ਜਾਂ ਨਾ ਹੋਏ, ਪਰ ਜੇਕਰ ਅਸੀਂ ਉਹਨਾਂ ਦੇ ਉੱਤੇ ਕੁਛ ਆਪਣੀ ਨੀਚ ਔਰ ਆਪਣੀ ਪਕੜ ਰੱਖਾਂਗੇ ਤਾਂ ਅਸੀਂ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ। ਜ਼ਿੰਦਾ ਕੌਮਾਂ, ਜ਼ਿੰਦਾ ਜ਼ਮੀਰ ਲੋਕ ਆਪਣੇ ਆਲੇ ਦੁਆਲੇ ਤੋਂ ਚਿੰਤਤ ਵੀ ਹੁੰਦੇ ਹਨ, ਚਿੰਤਨ ਵੀ ਕਰਦੇ ਹਨ। ਸਾਨੂੰ ਜ਼ਰੂਰਤ ਹੈ ਉਹਨਾਂ ਵਾਪਰ ਰਹੀਆਂ ਘਟਨਾਵਾਂ ਦੇ ਉੱਤੇ ਅਸੀਂ ਜ਼ਰੂਰ ਵਿਚਾਰ ਕਰੀਏ। ਅੱਜ ਇਸ ਪ੍ਰੋਗਰਾਮ ਦੇ ਮੁਤਾਬਕ ਅਸੀਂ ਕੁਝ ਸੁਰਖੀਆਂ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਇੱਕ ਪੰਛੀ ਚਾਤ ਪਾਵਾਂਗੇ। ਉਸ ਦੇ ਬਾਅਦ ਅੱਜ ਦਾ ਜੋ ਮੁੱਦਾ ਹੈ, ਬੜੀ ਹੀ ਇੱਕ ਹੈਰਾਨੀ ਭਰੀ ਔਰ ਖੁਸ਼ੀ ਭਰੀ ਹੈਰਾਨੀ ਹੈ, ਜਾਂ ਹੈਰਾਨੀ ਭਰੀ ਖੁਸ਼ੀ ਹੈ, ਦੋਨੋਂ ਪਾਸੇ ਹੈ ਕਿ ਇੱਕ ਸ਼ਹਿਰ ਦੇ ਵਿੱਚ, ਕਲਕੱਤੇ ਵਰਗੇ ਇੱਕ ਸ਼ਹਿਰ ਦੇ ਵਿੱਚ, ਦੋ ਰੋਜ਼ਾਨਾ ਡੇਲੀ ਪੰਜਾਬੀ ਦੇ ਅਖਬਾਰ ਇਹ ਲਗਾਤਾਰ ਕਈ ਦਹਾਕਿਆਂ ਤੋਂ ਛਾਇਆ ਹੁੰਦੇ ਹਨ, ਉੱਥੇ ਜਾਰੀ ਹੁੰਦੇ ਹਨ, ਉੱਥੋਂ ਨਿਕਲਦੇ ਹਨ। ਇਹ ਕਲਕੱਤੇ ਦੇ ਪੰਜਾਬੀਆਂ ਦੀ, ਵਤਨ ਨੂੰ ਪਿਆਰ ਕਰਨ ਵਾਲੇ, ਆਪਣੀ ਧਰਤੀ ਨਾਲ ਜੁੜੇ ਲੋਕਾਂ ਦੀ, ਉਹ ਉਹਨਾਂ ਦੀ ਹੁੱਬ, ਉਹਨਾਂ ਦੀ ਮਿਹਨਤ ਔਰ ਉਹਨਾਂ ਦੀ ਪਕੜ ਹੈ, ਜਿਹੜੀ ਕਿ ਸ਼ਾਇਦ ਹੋਰ ਕਿਧਰੇ ਕਿਸੇ ਦੇ ਹਿੱਸੇ ਨਹੀਂ ਆਈ। ਅਸੀਂ ਉਸ ਦੇ ਬਾਰੇ ਕਲਕੱਤੇ ਦੀਆਂ ਕੀ ਸਰਗਰਮੀਆਂ ਸਨ ਇਹ ਅਖਬਾਰ, ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਔਰ ਸਾਡੀ ਇੱਕ ਅਰਦਾਸ ਹੈ ਕਿ ਉਹ ਅਖਬਾਰ ਨਿਰੰਤਰ ਆਪਣੀ ਸਫ਼ਰ ਤੈਅ ਕਰਦੇ ਰਹਿਣ ਔਰ ਹੋਰ ਚੜ੍ਹਦੀ ਕਲਾ ਵਿੱਚ ਜਾਣ। ਜਿਹੜੀਆਂ ਸੁਰਖੀਆਂ ਹਨ ਉਹਨਾਂ ਵਿੱਚ ਸਭ ਤੋਂ ਪਹਿਲੀ ਸੁਰਖੀ ਇੱਕ ਬਹੁਤ ਹੀ ਗੰਭੀਰ ਚੁਣੌਤੀ ਹੈ ਜਿਹੜੀ ਸਿੱਖ ਕੌਮ ਨੂੰ ਸ਼ਾਇਦ ਦਰਪੇਸ਼ ਹੋ ਰਹੀ ਹੈ। ਇਹ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਕੀ ਨਤੀਜੇ ਨਿਕਲਣਗੇ ਜਾਂ ਇਸ ਦਾ ਕੀ ਅੰਜਾਮ ਹੋਏਗਾ, ਪਰ ਬਹੁਤ ਹੀ ਗੰਭੀਰ ਚੁਣੌਤੀ ਹੈ। ਉਹ ਇਹ ਹੈ ਕਿ ਸਿਰਸਾ ਦੀ ਇੱਕ ਅਦਾਲਤ ਨੇ, ਟੋਹਾਣਾ ਹਰਿਆਣੇ ਦੀ ਇੱਕ ਅਦਾਲਤ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ੍ਹ, ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ੍ਹ ਨੂੰ ਉਹਨਾਂ ਦੇ ਖਿਲਾਫ਼ ਨੋਨ ਬੇਲੇਬਲ, ਗੈਰ ਜ਼ਮਾਨਤੀ ਹਿਰਾਸਤੀ ਵਾਰੰਟ, ਨੋਨ ਬੇਲੇਬਲ ਵਾਰੰਟ ਆਫ ਅਰੈਸਟ ਜਾਰੀ ਕੀਤੇ ਹਨ ਜਥੇਦਾਰ ਨੰਦਗੜ੍ਹ ਸਾਹਿਬ ਦੇ ਖਿਲਾਫ਼। ਔਰ ਉਸ ਦੇ ਵਿੱਚ ਇਹ ਕਿਹਾ ਹੈ, ਸ਼ਿਕਾਇਤਕਰਤਾ ਜਿਸ ਦੇ ਬਿਨਾਹ ਦੇ ਉੱਤੇ ਕੀਤਾ ਗਿਆ ਹੈ, ਕਿ ਉਹਨਾਂ ਨੇ ਉਸ ਅਖਵਾਏ ਜਾਂਦੇ ਡੇਰਾ ਸੱਚਾ ਸੌਦਾ ਦੇ ਉਹਨਾਂ ਦੀਆਂ ਭਾਵਨਾਵਾਂ ਨੂੰ, ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਹੈ। ਕੋਈ ਗੁਰੇਜ਼ ਨਹੀਂ ਕਹਿਣ ਵਿੱਚ, ਇਹ ਤਾਂ ਉਲਟਾ ਚੋਰ ਨਾਲੇ ਚਤਰ ਵਾਲੀ ਗੱਲ ਹੈ। ਉਹ ਡੇਰਾ ਜਿਸ ਦੀ ਬੁਨਿਆਦ ਹੀ ਝੂਠ, ਫਰਾਡ, ਫਰੇਬ, ਧੋਖੇ ਦੇ ਉੱਤੇ ਆਧਾਰਿਤ ਹੈ, ਜਿਹੜਾ ਸੱਚਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਉਸ ਦੇ ਨਾਂ ਵਰਤ ਕੇ ਜਿਸ ਨੇ ਆਪਣੀ ਉਸ, ਜੋ ਵੀ ਉਹਦੀ ਕੀ ਨਾਮ ਦਿੱਤਾ ਜਾਏ,
उस दे बिना दे उत्ते उसने जो भी अपना वो दुकानदारी चलाई है और उस दे बाद उसने जिस तरह गुरु साहब दा सांग और वो सारा कुछ कीता उसनु धर्म कहना ही एक बहुत ही गलत गल होएगी। ना तो वो धर्म है ना कोई धार्मिक फिरका है, पर इसके बावजूद अदालत दा कोर्ट दा उस दे उत्ते उस शिकायत दे उत्ते कार्रवाई करना, जथेदार साहब नू सम्मन उन्हां दे वारंट भेज देने, गिरफ्तारी वारंट, ए उस अदालत वल्लों सिख कौम दी सिद्धी मानहानि है, सिख कौम दी तोहीन है, सिख प्रिंसीपल्स दी कानून दी सरासर उलंघना है। इस तो पहला भी जथेदार गुरदयाल सिंह जी अजनोहा जदों जथेदार श्री अकाल तख्त साहब दे जथेदार सन उस वेले भी नकली निरंकारियां दे दरखास्त दे उत्ते कि अकाल तख्त साहब तो उन्हां दे खिलाफ जिहड़ा हुक्मनामा जारी होया है वो हर लोकां दे विच आम जनता दे विच वितकरा और उन्हां दे अंदर दुरभावना पैदा करता है। उस बिना दे उत्ते जथेदार अजनोहा साहब नूं गिरफ उन्हां दे भी समन जारी कीते सी। पंजाब हाई कोर्ट ने जथेदार साहब ने उस समन लैण तो इनकार कर दिता सी और साफ लफ्जा विच कहा सी कि ए दुनियावी अदालत मेरे ते लागू नहीं है। उस दे बाद एक बार होर सिंह साहब जथेदार रणजीत सिंह जदों श्री अकाल तख्त साहब दे जथेदार सन 14 साल की कैद कट के जदों उन्होंने वापस बाहर आए सन, श्री अकाल तख्त साहब दे जथेदार दा ओ महान रुतबा उहदा उन्होंने संभालिया। उस दे बाद उन्होंने दोबारा नोटिस जारी होया कि तुहाडी 8 महीने की सज़ा बाकी है, वो तुहानू जेल जाना पएगा और नोटिस आया। सिंह साहब ने साफ ऐलान कर दिता ना तो अदालत विच पेश होणगे और ना ही वो जेल जाणगे। की करनगे इस दे बारे उन्होंने कहा यह वक्त ही दसेगा। आखिर विच कोर्ट ने वो समन वापस ले, सरकार ने आई के गुजराल श्री आई के गुजराल इंद्र कुमार गुजराल प्रधानमंत्री सन उन्होंने दखल दे बाद वो समन जारी वापस होए। तीसरा एक होर इंसीडेंट है जथेदार केवल सिंह जदों वो जथेदार सन तो उस वेले भी उन्हां दे उत्ते परिवारक क्रिमिनल चार्ज करके समन जारी होए। वो पेश तो जरूर होए पर उत्थों उस अहुदे तो इस्तीफा देने तो बाद उन्होंने बतौरे जथेदार दे उन्होंने भी कोर्ट के सामने पेश ना होए। हुण ये जो एक बहुत वड्डा एक घटना है सिख इतिहास बल्कि इतिहासक घटना है, ये पता नहीं केड़ी मोड़ लेगी। जथेदार अकाल तख्त साहब ने साफ लफ्जा दे विच कहा है किसी कीमत दे उत्ते जथेदार साहब पेश नहीं होणगे और ना ही उस अदालत दे समन नूं प्रवान करनगे। हुण असी छोटा जिहा ब्रेक लैंदे हां, उस दे बाद असी कोशिश करांगे जे अपने मुख मुद्दे और अपने मेहमान दे नाल गल कर सकीए। जस पंजाबी दे सूझवान दर्शकों का वक्फे दे बाद निघा स्वागत है। सुरखियां खबरां होर भी बहुत महत्वपूर्ण सन पर साड़ी मजबूरी समय दी जिहदे करके असी वो सारियां सुरखियां उन्हां दे उत्ते आप नाल विचार नहीं कर सके। खास करके जिहड़ा जथेदार नंदगढ़ साहब दे बारे गिरफ्तारी वारंट जिहड़े नॉन अवेलेबल जारी किए गए हैं गैर जमानती, उस दे बारे भी असी आप नाल बाद विच विस्तार सहित गल करांगे। अज असी गल करांगे कलकत्ता। कलकत्ता पूर्वी भारत का वो मुख शहर जिहड़ा एक इतिहासक नगर है। इतिहासक नगर इस करके साहिब श्री गुरु नानक देव जी महाराज जदों पूर्व की यात्रा विच
उस पासे गए, पूरे तरत लोकाई नूं सोधदे होए पूरा उन्होंने उस इलाके का दौरा किया। उदासी दे दौरान उत्थे नाम दी दात वंडी, संगतां कायम कीतियां। इस दे बाद गुरु तेग बहादुर साहब ने भी उसे उन्हां पद चिन्हां दे उत्ते उन्हां जिहड़े संगतां सी उन्हां नूं रिवाइव कीता, उन्हां नूं फिर अप मुख धारा नाल तुरे नाल जोड़िया। हाले भी पुराने सनातनी सिख हन जिहड़े कि सिखी सरूप दे विच सिखी दे नाल जुड़े हुए हैं। मौजूदा दौर दे विच जिहड़े पंजाबी सिख कलकत्ते पहुँचे उसका इतिहास तकरीबन 150 साल पुराना है। 150 साल पहला उत्थे सिख जाने शुरू होए, उहदे बाद कलकत्ते नाल उहनां दा रिश्ता होर पक्का हुंदा गया। जेकर उन्होंने काले पानी की यात्रा करनी है देश की आज़ादी लई तां इह रस्ता सी। जे बजबज घाट की गल करिए तां इह कलकत्ता सी। जेकर महाराजा दलीप सिंह नूं पंजाब तों लै के उत्थे लै के गए, उन्हां नूं ईसाई बनाया गया तां उह कलकत्ते दे विच बनाया गया। कलकत्ते दे मैमोरियल विक्टोरिया मैमोरियल दे विच महाराजा रणजीत सिंह दे अस्त्र शस्त्र उन्हां दीआं यादां समोईआं होईआं हन। दरअसल पंजाब अखीरला सूबा सी, पंजाब या अखीरला देश सी इस खिते दा जिहड़ा भारत दे विच शामिल होया। अंग्रेज़ां ने इस नूं शामिल कीता। सो कलकत्ते दे नाल बहुत वड्डा रिश्ता सी। पर एक गल होर है, कलकत्ते दे क्रांतिकारी कह लईए उन्हां दा पंजाब दे नाल बहुत ही डूंघा और भावात्मक रिश्ता सी। इस दे अलावा एक होर चीज़ बहुत वड्डी है, बहुत अहम और महत्वपूर्ण है। बंगाल दे जिहड़े साहित्यकार हन उन्होंने पंजाब दे इतिहास, गुर इतिहास, सिख इतिहास दे बारे बहुत कुछ लिखिया और बड़े चंगे अल्फाज विच लिखिया। हुण भी उत्थों काफ़ी काम हो रहा है। पर इन्हां सारियां दे विच एक बड़ी ही एक चमत्कारी जी गल नज़र आती है। कलकत्ता शहर दे विच्चों दो अखबारां रोज़ाना दियां एक अखबार कढ़नी कोई आसान नहीं हुंदी, पर तकरीबन 70 साल तो वह अखबारां देश दर्पण और नवी प्रभात उत्थों जारी होईयां। कलकत्ते दे बहुत ही सत्कारयोग बजुर्ग जिहड़े पत्रकार हन, साहब बचन सिंह जी सरल शायद साडे नाल लाइन दे उत्ते जुड़ चुके हैं। असी कोशिश करते हाँ उन्हां नाल गल करन दी। हैलो। हैलो, हाँ जी सरल साहब। हाँ जी, सत श्रीकाल जी। सत श्रीकाल बचन जी, बहुत बहुत तुहाडा स्वागत है जस पंजाबी टीवी दे स्रोतियां दे दर्शकां दे रूबरू होण लई। कलकत्ते तो आपनू इत्थे आपने तकलीफ कीती। असी कलकत्ते दे बारे, उन्हां दीआं अखबारां बारे, उत्थे दीआं साहित्यक सरगर्मियां बारे और कलकत्ते दे बारे तुसी असी बहुत धन्नवादी होवांगे, क्योंकि तुसी हर घटना दे नाल निजी तौर दे उत्ते जुड़े हुए हो और हुण तो नहीं काफ़ी दहाकियां तो। इस दे बारे जे साडे दर्शकां नूं तुसी दस सको तो असी बहुत धन्नवादी होवांगे। तुसी बहुत सारा इतिहास कलकत्ते वल दसता जी। इतिहास बहुत लम्मा, जिवें 150 साल का दसाया है, गुरु नानक जी तो लैके जी गुरु तेग बहादुर साहब। सारा तुसी तुहानू पता भी हुण देश की वंड हुई तो बंगाल के दो हिस्से हो जी। एक किस्सा दर्शकाल कमाता है, क्या दिता हूँ पहला पाकिस्तान बनी, पाकिस्तान से हूँ बांग्लादेश बन गई जी। उस थान के उत्ते भी गुरु नानक देव जी गए हैं जी, गुरु तेग बहादुर साहब गए हैं जी। बहुत सारे थान थान संगतान थान गुरुद्वारे सन उन्हें बनाए जी, लेकिन वो पाकिस्तान के शासन काल बनी वो काफी उन्होंने नुकसान होया। बांग्लादेश बन तो बाद 5 गुरुद्वारे उत्ते स्थापित पता लगे होने का जी जी। गुरुद्वारे गुरु नानक देव जी, टाका खान, गुरु नानक शाही गुरुद्वारा जी, संगत टोला जी। टोला वो स्थान है जिसे गुरु तेग बहादुर साहब 2.5 साल रहे सर
अच्छा पातशाह श्री गुरु गोबिंद सिंह जी का प्रकाश जो पटना साहब विखे होया जी उस वाले गुरु तेग बहादुर साहब पटना साहब उसे टाके तन जी 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 ढाई साल बाद जाके उन्होंने देखा तो ये सारा इलाका जरा ना एक सिखी प्रकार का बहुत वाला केंद्र से गुरु अर्जुन साहब ने जी सारिया स्थान लभ लभ के लभ करके अपमानिया स्थापित की जी ये धार्मिक पक्षों इतिहासिक पक्षों साहित्यिक पक्षों समूचा बंगाल है जी राजधानी कलकत्ता है जी उदों से ये बड़ा इतिहासिक इलाका है साढ़े वास्ते सिखी पर जी कलकत्ते बिलकुल बिलकुल अज भी लोग महसूस करते गुरु नानक देव जी इतने कलकत्ते जाए गुरु नानक देव जी याद के गुरु तेग बहादुर जी याद महात्मा गांधी रोड 172 मानदा रोड उत्ते गुरद्वारा बड़ा सिख संगत है जी नौ मंजी की बड़ी शानदार इमारत है जी वो इलाका सारा ही इस गुरद्वारे नाल जुड़िया है जी 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 ते इस तरह करके सारा चलदे ते साहित्य कार्य कर रहे हैं बहुत जी कमियां ने बड़ी योगदान पाया अंदोलन के पाया जी 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 ते वो तो मैं दसा भी साढ़े इतना होंगे जी बहुत सत्कार योग मान सिंह लाभा जी उन्होंने मशीन करके थे कहते जी वो कविता आप भी लिखते थे कवि ने उत्साह भी करते थे जी इनकलाबी कविता जी वो काफी उन्होंने प्रशंसा करते थे आप भी उन्होंने कलम तो बहुत जी मान सिंह लांबा तो पूरन सिंह राय जी 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 रणदीप सिंह धीर जेडे संत भी संत सुभाष के उन्होंने बहुत सारियां जी रमजान कहानियां लिखिया अरदास शक्ति लिखी उन्होंने हाँ जी इस तरह बहुत सारा उन्होंने कहा आत्म साइंस के लिए पता ही करते सन जी वो परमात्मा के नाल जोड़ने लिए बहुत बड़ा एक उन्होंने उपराला थी गल जी 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 ये सारे साहित्यकार कवि जेडे हुए हैं कवियों के विच मौजूदा कवि हैं हरदेव सिंह गरेवाल जी वो भी बड़े सोहनी कविता लिखती है जी ते ये फिर दूसरे पास जी इनके लिए तुसी अखबारों ने जिक्र किया है जी देश दर्पण 1930 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਜੀ ਜੀ असी ना कुछ तस्वीरां भी नाल नाल दिखाई जावांगे जिहड़ियां कलकत्ते दीआं हन कोशिश करांगे उहदे विच असी कलकत्ते दे कुछ सीन है देश दर्पण नवी प्रभात दे मास्ट हैड है जिहड़ी रघबीर सिंह जी बीर जिन्हां दा जिक्र कीता उहनां दे जवाई सा सरन सिंह जिहड़े हुण मौजूदा एडिटर हन सिख रिव्यू दे ਉਹ ਵੀ ਤਕਰੀਬਨ 70 ਸਾਲ ਤੋਂ ਚੱਲ ਰਿਹਾ ਉਸ ਤੋਂ ਪਹਿਲੇ ਕੈਪਟਨ ਭਾਗ ਸਿੰਘ ਜੀ ਉਹਨਾਂ ਦੀਆਂ ਤਸਵੀਰਾਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਵੀ ਜਿਸ ਤਰ੍ਹਾਂ ਹਾਂਜੀ ਅਤੇ ਇਹ ਜਿਹੜਾ ਤੁਸੀਂ ਇਸ ਤੋਂ ਇਲਾਵਾ ਨਿਰੰਜਨ ਸਿੰਘ ਤਾਲਿਬ ਵੀ ਉੱਥੇ ਰਹੇ ਹੈ ਨਾ ਜਿਹੜੇ ਕਾਂਗਰਸ ਦੇ ਸੀਗੇ ਅਤੇ ਬਲਕਿ ਬੜੀ ਹੈਰਾਨੀ ਹੈ ਕਿ 1984 ਵਿੱਚ ਜਦੋਂ ਸਾਰਾ ਹਿੰਦੁਸਤਾਨ ਦੇ ਵਿੱਚ ਚੁੱਪ ਚਾਂ ਛਾ ਗਈ ਸਾਕਾ ਦਰਬਾਰ ਸਾਹਿਬ ਦੇ ਕੱਲੂਕਾਰੇ ਜਾਂ ਬਲਿਊ ਸਟਾਰ ਦੇ ਬਾਅਦ ਇਹ ਕਿਤਨੀ ਹੈਰਾਨੀ ਹੈ ਕਿ ਕਲਕੱਤੇ ਦੀ ਬੰਗਾਲ ਦੀ ਸਰਕਾਰ ਨੇ
सिखा सदा दिता तुसी सारे हिंदुस्तान चो आके और बहुत वड्डी जिहड़ी कन्वेंशन उत्थे कलकत्ते दे विच उन्होंने मैदान दे विच अलाउ कीता और 23 सितंबर 1984 नूं हुई। जी हाँ जी हाँ जी हाँ। और चूंकि सरकार कहिंदी सी कि ए सिख जिहड़े है टैररिस्ट है उस वेले उत्थे कन्वेंशन दे विच सिख बिल्ले लगा के घूम रहे सी बिवेयर आई एम ए टैररिस्ट जी बैच लाए थी कन्वेंशन जिन्हें 2 लाख सिख जिहड़े शामिल होए जी फ्रॉम डिफरेंट बिहार तो श्रोमी बचन सिंह सरल साहब एक गल होर बड़ी जिक्र योग है सिख स्टूडेंट फेडरेशन की भी जिहड़ी पनीरी है वह कलकत्ते दे विच ही पनपी है जिहदे विच उस वेले दे सुरजीत सिंह मिनहास जिहड़े बाद स्पीकर बने और हुण भी मनजीत सिंह कलकत्ता जी 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 हाँ जी हाँ जी हाँ जी अच्छा एक गल दसो सरल साहब असी एक चीज जानना चाहते हाँ जिवें तुसी दसिया क्योंकि कलकत्ते दे नाल रिश्ता जिहड़ा है वह सिखां दा गुरु नानक साहब ने जोड़िया और पिछली इस सदी दे पिछली सदी दे आरंभ विच सिखां नूं पाई जी करके सद्दे सी बड़ा सत्कार दिंदे सीगे ते बड़ा उन्हां दा दबदबा भी सी रोब भी सी और गुरु नानक साहब ने जिहड़ी वो पद चिन्ह जिहड़े शुरू कीते गुरु तेग बहादुर साहब ने रिवाइव कीते और हाले उत्थे बहुत जबरदस्त सख्त लोड़ है पर यह की कारण है की वजह है कि पंजाब तो प्रचारक जथे या श्रोमणी गुरद्वारा कमेटी वालों या दिल्ली गुरद्वारा कमेटी या होर संस्थावां वालों कलकत्ते बिहार उत्तरी भारत में पूर्वी भारत में जाने की बजाय वो इंग्लैंड अमेरिका वगैरह के दौरे पर तो जाने काले हैं पर इस पासे तुसी नहीं सद्दे कलकत्ते दे लोकां दे विच कोई उत्साह घट गया है या इधर का कोई जिहड़ा फर्क पै गया है इहदा की कारण है जवाब जरूर सानू देना क्योंकि बहुत गंभीर है वो जिहड़ी एक कड़ी जोड़ी गई
ਉਹ ਕਿਉਂ ਢਿੱਲੀ ਪੈ ਰਹੀ ਹੈ, ਕਿਧਰੇ ਐਸਾ ਤਾਂ ਨਹੀਂ ਕਿ ਟੁੱਟ ਨਾ ਜਾਏ? ਇਹ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਤੁਸੀਂ ਇਸ ਦੇ ਬਾਰੇ ਜ਼ਰੂਰ ਸਾਡੇ ਨਾਲ ਗੱਲਬਾਤ ਜੀ। ਇੱਕ ਵਕਫਾ वक्फे दे बाद निघा स्वागत है। कलकत्ता जिसका रिश्ता पंजाब दे नाल बहुत ही डूंगा सी, पंजाब और बंगाल ये दो हिस्से सन। गुरु गोबिंद सिंह साहब ने भी जिक्र किया, बंग के बंगाली, फिरंग के फिरंगा वाली, फ्रांस के फ्रांसीसी, तेरी आग्या लो चलत है। मगर बंगाल का साहित्यक, राजनीतिक, आर्थिक तौर दे उत्ते पंजाब दे नाल बहुत ही डूंगा रिश्ता रहा। सरदार बचन सिंह सरल जे जेडे के बहुत ही एक गंभीर पुराने उत्थे दे पत्रकार हन, बजुर्ग पत्रकार हन, जिन्हां ने काफ़ी काम किया, तकरीबन हर चीज़ दे नाल वो जुड़े हुए हैं और वो साढ़े नाल लाइन दे उत्ते सन। साडा संपर्क टुट गया सी, शायद फिर असी जोड़न विच कामयाब हुए हाँ। हाँ जी सरल साहब। हाँ जी। हाँ जी, वक्फे दे बाद तुहाडा एक बार फिर निघा स्वागत है। बेनती है कि जिवें असी जिक्र कर रहे सी, जिहड़ा रिश्ता गुरु नानक साहब ने जोड़िया, गुरु तेग बहादुर साहब ने पक्किया कीता, हुण ਉਹ ਜਿਹੜਾ ਉਸ ਪਾਸੇ ਵੱਲ ਪ੍ਰਚਾਰਕ ਜਥੇ ਰਾਗੀ ਢਾਡੀ ਪੱਛਮੀ ਦੇਸ਼ਾਂ ਵਿੱਚ ਆਉਣ ਨੂੰ ਤਾਂ ਤਿਆਰ ਹਨ, ਪਰ ਉਸ ਪਾਸੇ ਜਿੱਥੇ ਬਹੁਤ ਸਖਤ ਲੋੜ ਹੈ, ਬੰਗਲਾਦੇਸ਼ ਦੇ ਉਹ ਇਤਿਹਾਸਕ ਗੁਰਦੁਆਰੇ ਜਿਹਨਾਂ ਜਿਹੜੇ ਕਿ ਬਹੁਤ ਮਹੱਤਵਪੂਰਨ ਹਨ, ਬਿਲਕੁਲ ਨੈਗਲੈਕਟਿਡ ਹਾਲਤ ਵਿੱਚ ਹਨ। ਹਾਲਾਂ ਉਹਦਾ ਹੈੱਡਕੁਆਟਰ ਤੁਹਾਡੇ ਕਲਕੱਤੇ ਹੀ ਹੈ, ਕੈਪਟਨ ਭਾਗ ਸਿੰਘ ਜੀ ਉਹਨਾਂ ਨੇ ਕੋਸ਼ਿਸ਼ ਕਰਕੇ ਸਾਰਾ ਉਪਰਾਲਾ ਆਰੰਭਿਆ ਸੀ। ਇਹ ਰਿਸ਼ਤਾ ਕਿਉਂ ਕਮਜ਼ੋਰ ਪੈ ਰਿਹਾ ਹੈ? ਇਹਦੇ ਵਿੱਚ ਘਾਟ ਕਲਕੱਤੇ ਦੇ ਸਿੱਖਾਂ ਦੀ ਹੈ ਜਾਂ ਸਾਡੀਆਂ ਸੰਸਥਾਵਾਂ ਦੀ ਹੈ? ਨਵਾਂ ਸਰ ਗੱਲ ਇਹ ਹੈ ਵੀ ਦੇਖੋ, ਇਹ ਕਲਕੱਤੇ ਦੇ ਜਿਹੜੇ ਸਿੱਖ ਸਮਾਜ ਹੈਗਾ, ਇਹਨਾਂ ਨੇ ਹਰ ਪੱਖੋਂ ਕੋਸ਼ਿਸ਼ ਕੀਤੀ ਹੈ ਪੰਜਾਬ ਨਾਲ ਜੁੜੇ ਰਹਿਣ, ਆਪਣੇ ਵਿਰਸੇ ਨਾਲ ਜੁੜੇ ਰਹਿਣ ਨਾਲ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸੇਧ ਲੈ ਕੇ ਜੀ ਆਪਣਾ ਜੀਵਨ ਯਾਦ ਜਿਹੜੀ ਹੈ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਜੀ ਜੀ। ਇੱਥੇ ਗੁਰੂ ਨਾਨਕ ਦੇਵ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਔਰ ਦੂਸਰੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਜੀ ਜੀ। ਉਹਨਾਂ ਪਿਛਲੇ ਅਤੀਤ ਦੇ ਵਿੱਚ ਪੰਜਾਬ ਤੋਂ ਰਾਗੀ ਜਥੇ ਬਹੁਤ ਆਉਂਦੇ ਸਨ ਜੀ। ਇੱਥੇ ਕਵੀ ਦਰਬਾਰ ਵੀ ਬੜੇ ਬੜੇ ਕਵੀ ਵੀ ਆਉਂਦੇ, ਕਵੀ ਦਰਬਾਰ ਹੁੰਦੇ ਸਨ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜੀ, ਜਿੱਥੇ ਨਾਮਦਾਰ ਕਵੀ ਪੰਜਾਬ ਤੋਂ ਆਉਂਦੇ ਸੀ ਜੀ ਜੀ। ਲੇਕਿਨ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਐਸਾ ਰੁਝਾਨ ਬਣ ਗਿਆ ਵੀ ਜਿਹੜੇ ਸਾਰੇ ਰਾਗੀ ਜਥੇ ਹੈ ਉਹਨਾਂ ਦੀ ਮੰਗ ਇੰਨੀ ਨੀ ਵੱਧ ਗਈ ਹੈਗੀ ਹੈ ਵੀ ਜਿਸ ਵੇਲੇ ਆਉਂਦੇ ਆ ਭੇਟਾ ਇੰਨੀ ਮੰਗਦੇ ਆ ਵੀ ਉਹ ਵਿੱਚ ਮੁਸ਼ਕਿਲ ਹੋ ਜਾਂਦੀ ਹੈ ਜੀ ਜੀ ਜੀ। ਤੇ ਲੋਕਲ ਜਥੇ ਹਨ ਜਿਹਨਾਂ ਤੋਂ ਕੋਸ਼ਿਸ਼ ਕਰੀਦੀ ਹੈ ਵੀ ਚਲੋ ਚੰਗੇ ਸੋਹਣੇ ਚੰਗੇ ਤੋਂ ਚੰਗਾ ਕੀਰਤਨ ਉਹਨਾਂ ਨੂੰ ਕਰਾਇਆ ਜਾਵੇ ਜੀ। ਤੇ ਇੱਕ ਹੋਰ ਦੱਸੋ ਕਿ ਜਿਹੜੇ ਉੱਥੇ ਤੁਹਾਡੇ ਕਾਫੀ ਪੁਰਾਣੇ ਸਿੰਘ ਰਹਿ ਰਹੇ ਹਨ, ਜਿਨ੍ਹਾਂ 'ਚ ਜ਼ਿਕਰ ਕਰੀਏ ਤਾਂ ਬੜਾ ਬਾਜ਼ਾਰ ਦੇ ਇਲਾਕੇ ਵਿੱਚ ਅਗਰਹਰੀ ਸਿੱਖ ਹਨ, ਆਪਸ ਵਿੱਚ ਉਹਨਾਂ ਦਾ ਪੰਜਾਬੀ ਸਿੱਖਾਂ ਉਹਨਾਂ ਦਾ ਕਿੰਨਾ ਕੁ ਰਾਬਤਾ ਹੈ ਜਾਂ ਕਿੰਨਾ ਕੁ ਉਹਨਾਂ ਦਾ ਆਪਸ ਵਿੱਚ ਜੋੜ ਮੇਲ ਹੈ? ਮੈਂ ਸਮਝਦਾ ਵੀ ਉਹ ਜਿਹੜੇ ਹੈਗੇ ਆ ਜਿਹੜੇ ਅਗਰਹਰੀ ਸਿੱਖ ਹੈਗੇ ਜੀ, ਉਹਨਾਂ ਦੀ ਕਾਫੀ ਗਿਣਤੀ ਇੱਥੇ ਹੈਗੀ ਜੀ। ਔਰ ਸ਼ੁਰੂ ਦੇ ਵਿੱਚ ਗੁਰਦੁਆਰਾ ਬੜਾ ਚੰਗੇ ਦਾ ਪ੍ਰਬੰਧ ਜਿਹੜਾ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਜੀ ਜੀ। ਲੇਕਿਨ ਬਾਅਦ 'ਚ ਆ ਕੇ ਜਿਹੜੀ ਹੁਣ ਹੋਈ ਹੈ ਉਹ ਗੱਲ ਕਿੱਦਾਂ ਚੱਲਦੀ ਰਹੀ ਕਿ ਉਹ ਥੋੜੇ ਜਿਹਾ ਫਰਕ ਪੈ ਗਿਆ ਪੰਜਾਬ ਦੇ ਸਿੱਖਾਂ 'ਚ, ਇੱਥੋਂ ਦੇ ਸਿੱਖਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਬਿਹਾਰੀ ਸਿੱਖ ਕਹਿੰਦੇ ਆ, ਅਗਰਹਾਰੀ ਨਹੀਂ ਬਿਹਾਰੀ ਸਿੱਖ ਕਹਿੰਦੇ। ਹਾਲਾਂਕਿ ਉਹ ਉਹਨਾਂ ਦੀ ਗੁਰਦੁਆਰਾ ਛੋਟਾ ਸਿੱਖ ਕਾਟਨ ਸਟਰੀਟ ਹੈਗੀ, ਉਹ ਤੇ ਗੁਰਦੁਆਰਾ ਬੜਾ ਸਿੱਖ ਸੰਗਤ ਦੇ ਨਾਲ ਹੀ ਕਾਟਨ ਸਟਰੀਟ ਉੱਥੇ ਉਹਨਾਂ ਦਾ ਛੋਟਾ ਸਿੱਖ ਸੰਗਤ ਬਣਾਇਆ। ਅੱਛਾ, ਇਹਦੇ 'ਤੇ ਨਾ ਅਸੀਂ ਕਦੀ ਵਿਸਥਾਰ ਸਹਿਤ ਗੱਲ ਕਰਾਂਗੇ। ਅਖੀਰ ਦੇ ਵਿੱਚ ਸਾਨੂੰ ਇਹ ਦੱਸੋ ਕਿ ਜਿਹੜੀ ਕਵੀ ਕੁਟੀਆ ਬਣੀ ਸੀ ਉਹ ਚੱਲ ਰਹੀ ਹੈ, ਉਹਦਾ ਕੀ ਹਾਲ ਹੈ? ਕਵੀ ਕੁਟੀਆ ਬਣੀ ਸੀ ਜੀ, ਕਵੀ ਕੁਟੀਆ ਨੇ ਕਾਫੀ ਸਾਹਿਤਕ ਸਰਗਰਮੀਆਂ ਇੱਥੇ ਕੀਤੀਆਂ ਸੀ। ਮੋਨਸ਼ਾ ਸਿੰਘ ਜੀ ਤੁਕੀ ਤੇ ਸੁਦਾਗਰ ਸਿੰਘ ਜੀ ਭਿਖਾਰੀ ਹੋਰਾਂ ਨੇ ਇਹਨਾਂ ਨੇ ਕਵੀ ਕੁਟੀਆ ਬਣਾਈ ਇੱਥੇ ਜੀ। ਸਾਹਿਤਕ ਪੱਤੇ ਵੀ ਉਹਨਾਂ ਨੇ ਸ਼ੁਰੂ ਕੀਤੇ ਸਨ, ਲੇਕਿਨ ਇਸ ਵੇਲੇ ਕਵੀ ਕੁਟੀਆ ਹੈ ਜੀ। ਅੱਛਾ, ਉਹਦੇ ਨਾਂ ਦੇ ਜਿਹੜਾ ਦੋਨੋਂ ਅਖਬਾਰਾਂ ਦੀ ਕੀ ਹਾਲਤ ਹੈ ਹੁਣ,
ਉਹ ਚੱਲ ਰਹੀ ਹੈ ਕਿਉਂਕਿ ਸਰਨਾ ਸਾਹਿਬ ਭੁਪਿੰਦਰ ਸਿੰਘ ਸਰਨਾ ਚੜ੍ਹਾਈ ਕਰ ਗਏ ਅਤੇ ਜੀ ਅਤੇ ਉਹਨਾਂ ਉਹਨਾਂ ਅਖਬਾਰਾਂ ਦੀ ਹੁਣ ਮੌਜੂਦਾ ਕੀ ਹਾਲਤ ਹੈ ਅਤੇ ਅੱਗੇ ਇਹਨਾਂ ਦਾ ਭਵਿੱਖ ਕੀ ਹੈ? ਦੇਖੋ ਜੀ, ਇੱਥੇ ਇਹ ਅਖਬਾਰਾਂ ਬੜੀਆਂ ਇਹਨਾਂ ਨੇ ਸੇਵਾ ਕੀਤੀ ਹੈ ਦੇਸ਼ ਦੀ ਆਜ਼ਾਦੀ, ਦੇਸ਼ ਦਾ ਸੰਬੰਧ ਨੇ ਖਾਸ ਕਰਕੇ ਬਹੁਤ ਸੇਵਾ ਕੀਤੀ ਹੈ 1930 ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ। ਸਿੱਖਾਂ ਨੂੰ ਸੰਗਠਿਤ ਕੀਤਾ, ਉਸ ਅੰਦੋਲਨ ਵਿੱਚ ਸ਼ਾਮਿਲ ਕੀਤਾ, ਸਿੱਖੀ ਪ੍ਰਚਾਰ ਕੀਤਾ ਇਹਨਾਂ ਨੇ ਅਤੇ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਦੀ ਅਗਵਾਈ ਕਰਦੇ ਰਹੇ ਹਨ। ਇਹਨਾਂ ਦੇ ਸਰਦਾਰ ਨਜਨ ਸਿੰਘ ਸਾਲਮ ਜੀ, ਸਰਦਾਰ ਅਜੀਤ ਸਿੰਘ ਜੀ, ਉਹਨਾਂ ਦੇ ਪੁੱਤਰ ਸਰਦਾਰ ਲਖਵੀਰ ਸਿੰਘ ਵੀਰ, ਹਾਂਜੀ, ਅਤੇ ਚੰਗੇ ਚੰਗੇ ਜਿਹੜੇ ਹੈਗੇ ਸਨ ਉਹ ਇਹਨਾਂ ਦੇ ਨਜਨ ਸਿੰਘ ਦਾ, ਅਮਰ ਸਿੰਘ ਨਿਸ਼ਾਦ, ਬਲਵੰਤ ਸਿੰਘ ਪੁਰਾ, ਗਿਆਰੀ ਪਚੱਤਰ ਸਿੰਘ ਜੀ, ਮੇਰੇ ਵਰਕ ਜਿਹੜੇ ਸਨ ਇਹਨਾਂ ਦੇ ਇਸ ਅਖਬਾਰ ਦੇ ਐਡੀਟਰ ਰਹੇ ਹਨ। ਅਖਬਾਰ ਵੀ ਉਦੋਂ ਕਾਫੀ ਸੀਗਾ, ਲੇਕਿਨ ਹੁਣ ਹੌਲੀ ਹੌਲੀ ਸਾਡਾ ਮੇਨ ਸਾਡਾ ਵੀ ਸਾਨੂੰ ਜਿਹੜੀ ਘਾਟ ਪਈ ਜੀ ਪੰਜਾਬੀ ਦੀ ਜਿਹੜੀ ਪੜ੍ਹਾਈ ਹੈ ਨਾ, ਉਹ ਇੱਥੇ ਸਾਡੇ ਆਪਣੇ ਸਕੂਲਾਂ 'ਚ ਵੀ ਨਹੀਂ। ਹਾਂਜੀ ਹਾਂਜੀ ਹਾਂਜੀ, ਕਮਜ਼ੋਰੀ ਨੂੰ ਇਸ ਕਮਜ਼ੋਰੀ ਨੇ ਸਾਨੂੰ ਘਾਟਾ ਬਹੁਤ ਪਾਇਆ ਹੈ ਜੀ ਜੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹੁਣ ਤੁਹਾਨੂੰ ਇੱਕ ਬਹੁਤ ਸੁਣ ਕੇ ਖੁਸ਼ੀ ਹੋਈ ਇਸ ਗੱਲ ਦੀ, ਜਿਹੜੀ ਬੰਗਾਲ ਦੀ ਨਵੀਂ ਸਰਕਾਰ ਬਣੀ ਹੈ ਹਾਂਜੀ ਮਮਤਾ ਬੈਨਰਜੀ ਦੀ ਬਣਾਈ ਹੈ ਜੀ, ਇਹਨੇ ਆਉਂਦੇ ਸਾਰੇ ਜਿਹੜੀਆਂ ਭਾਸ਼ਾਵਾਂ ਨੂੰ ਰੈਕਗਨੀਸ਼ਨ ਦਿੱਤੀ ਹੈ, ਮਾਨਤਾ ਦਿੱਤੀ ਹੈ, ਉਹਨਾਂ ਵਿੱਚ ਪੰਜਾਬੀ ਵੀ। ਹਾਂਜੀ, ਪੰਜਾਬੀ ਨੂੰ ਦੂਸਰੀ, ਹਾਲਾਂਕਿ ਦੂਸਰੇ ਪੰਜਾਬ ਦੇ ਨੇੜੇ ਜਿਹੜੇ ਸੂਬੇ ਉਹਨਾਂ ਨੇ ਨੀ ਮਾਨਤਾ ਦਿੱਤੀ ਨੂੰ, ਇਹ ਸਰਕਾਰ ਨੇ ਆਉਂਦਿਆਂ ਹੀ ਹਾਂਜੀ ਪੰਜਾਬੀ ਨੂੰ ਮਾਨਤਾ ਦੇ ਦਿੱਤੀ ਵੀ ਪੰਜਾਬੀ ਸਕੂਲਾਂ 'ਚ ਪੜ੍ਹਾਓ, ਪੰਜਾਬੀ ਸਰਕਾਰੀ ਕੰਮਾਂ 'ਚ ਵੀ ਵਰਤੀ ਜਾਏਗੀ। ਅੱਛਾ, ਲੋੜ ਪਈ ਵੀ ਇੱਥੇ ਪੰਜਾਬੀ ਦੀ ਇਹਨੂੰ ਪੰਜਾਬੀ ਦੀ ਵਰਤੋਂ ਹੋਏਗੀ। ਠੀਕ ਹੈ, ਬਹੁਤ ਵੱਡੀ ਗੱਲ ਸੀ ਜੀ ਜੀ। ਮਮਤਾ ਬੈਨਰਜੀ ਦੀ ਇੱਕ ਰੈਲੀ ਸੀਗੀ ਮੈਦਾਨ ਦੇ ਵਿੱਚ, ਮੈਦਾਨ ਦੇ ਵਿੱਚ ਸਿੱਖਾਂ ਨੇ ਇਸੇ ਗੱਲ ਦੇ ਉੱਤੇ ਦਾ ਧੰਨਵਾਦ ਕਰਨ ਲਈ 5,000 ਦੇ ਕਰੀਬ ਸਿੱਖ ਉਸ ਰੈਲੀ ਦੇ ਵਿੱਚ ਸ਼ਾਮਲ ਹੋਏ। ਪਹਿਲਾ ਮੌਕਾ ਸੀ ਕਿਸੇ ਪੋਲੀਟੀਕਲ ਪਾਰਟੀ ਦੀ ਰੈਲੀ ਦੇ ਵਿੱਚ ਜੀ ਅਮਰੀਕਾ ਔਰ ਕੈਨੇਡਾ ਦੇ ਵਸਦੇ ਸਰੋਤਿਆਂ ਨੂੰ ਕੋਈ ਸੁਨੇਹਾ ਕਲਕੱਤੇ ਤੋਂ ਕੁਛ ਦੇਣਾ ਚਾਹੁੰਦੇ ਹੋ? ਕਲਕੱਤਾ ਦੇਖੋ ਜੀ, ਕਲਕੱਤਾ ਵਸਦਾ ਹੈ ਆਪਣੇ ਸਦੀਪ ਦੇ ਨਾਲ, ਆਪਣੇ ਵਿਰਸੇ ਦੇ ਨਾਲ ਵਸਦਾ ਇੱਥੇ ਦੇ ਲੋਕ ਜਿਹੜੇ ਹਨ ਜੀ। ਇੱਥੋਂ ਦੇ ਤੁਸੀਂ ਜ਼ਿਕਰ ਕੀਤਾ, ਇੱਥੋਂ ਦੇ ਜਿਹੜੇ ਸਥਾਨਕ ਲੋਕਾਂ ਦੇ ਕਵੀ ਰਵਿੰਦਰ ਨਾਥ ਟੈਗੋਰ ਹੋਇਆ, ਉਹਨਾਂ ਨੇ ਦੇਖੋ ਸਿੱਖਾਂ ਬਾਰੇ ਬਹੁਤ ਲਿਖਿਆ ਜੀ ਜੀ, ਤੇ ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡਾ ਇੱਕ ਸਾਂਝ ਬਣੀ ਰਹੇ ਜੀ, ਅਮਰੀਕਾ ਹੋਵੇ ਚਾਹੇ ਹੋਰ ਕੋਈ ਦੇਸ਼ ਹੋਵੇ, ਅਸੀਂ ਚਾਹੁੰਦੇ ਸਾਡਾ ਵਿਰਸਾ ਜਿਹੜਾ ਹੈ ਜੀ ਪੰਜਾਬੀ ਅਸੀਂ ਪੜ੍ਹੀਏ, ਪੰਜਾਬੀ ਪੜ੍ਹੇ, ਜੇ ਪੰਜਾਬੀ ਪੜ੍ਹਾਂਗੇ ਨਾ ਜੀ, ਪੰਜਾਬੀ ਪੜ੍ਹਨ ਦੇ ਨਾਲ ਹੀ ਅਸੀਂ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਕਾਂਗੇ, ਉਹਨਾਂ ਤੋਂ ਜੀਵਨ ਜਾਚ ਲੈ ਸਕਾਂਗੇ, ਕਿਉਂਕਿ ਉਹਦੇ ਨਾਲ ਦੀ ਮੈਂ ਸਮਝਦਾ ਵੀ ਕੋਈ ਐਸਾ ਹੈ ਨਹੀਂ। ਠੀਕ ਹੈ, ਬਹੁਤ ਬਹੁਤ ਸਮਾਂ ਇਜਾਜ਼ਤ ਨਹੀਂ ਦਿੰਦਾ, ਅਤੇ ਤੁਹਾਡਾ ਸਾਹਿਬ ਬਚਨ ਸਿੰਘ ਜੀ ਸਰਲ ਤੁਹਾਡਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਔਰ ਸਾਰੀ ਜਾਣਕਾਰੀ ਦੇਣ ਲਈ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਸੀਂ ਤੁਹਾਡੇ ਆਭਾਰੀ ਹਾਂ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰ ਬਚਨ ਸਿੰਘ ਜੀ ਸਰਲ, ਜਿਹਨਾਂ ਨੇ ਸਾਰੀ ਵਿਸਥਾਰ ਸਹਿਤ ਆਪ ਨੂੰ ਜਾਣਕਾਰੀ ਦਿੱਤੀ ਔਰ ਹੁਣ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ ਔਰ ਆਪਣੇ ਵਿਚਾਰ ਦੇ ਸਕਦੇ ਹੋ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਬਾਰੇ, ਜਿਹੜੀ ਸਰਲ ਸਾਹਿਬ ਨੇ ਸਾਨੂੰ ਉੱਥੇ ਬੈਠਿਆਂ ਕਲਕੱਤੇ ਦੀ ਯਾਦ, ਕਲਕੱਤੇ ਦੀ ਸੈਰ, ਕਲਕੱਤੇ ਬਾਰੇ ਜਾਣਕਾਰੀ ਦਿੱਤੀ ਜਾਂ ਹੋਰ ਜਿਹੜਾ ਸੀ ਆਪ ਜੀ ਨਾਲ ਜਿਹੜਾ ਮੁੱਦਾ, ਜਿਹੜੀ ਸੁਰਖੀ ਆਪ ਨਾਲ ਸਾਂਝੀ ਕੀਤੀ, ਬਹੁਤ ਹੀ ਗੰਭੀਰ ਸੀ। ਤੁਸੀਂ ਸਾਨੂੰ ਜ਼ਰੂਰ ਕਾਲ ਕਰਕੇ ਇਹਨਾਂ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਇੱਕ ਵਾਰੀ ਹੋਰ ਕੋਸ਼ਿਸ਼ ਕਰਾਂਗੇ, ਉਹ ਜਿਹੜੀਆਂ ਤਸਵੀਰਾਂ ਹਨ ਬਹੁਤ ਹੀ ਤੇਜ਼ੀ ਦੇ ਨਾਲ ਅਸੀਂ ਉਹ ਜ਼ਰੂਰ ਆਪ ਨੂੰ ਦਿਖਾਈਏ, ਜਿਹੜੀਆਂ ਕਲਕੱਤੇ ਦੀਆਂ ਕੁਛ ਤਸਵੀਰਾਂ ਦੀ ਸਾਡੀ ਕੋਸ਼ਿਸ਼ ਹੋਏਗੀ, ਉਹ ਵੀ ਅਸੀਂ ਆਪ ਨੂੰ ਦਿਖਾ ਸਕੀਏ। ਇਹ ਹਾਵੜਾ ਬ੍ਰਿਜ ਹੈ ਕਲਕੱਤੇ ਦਾ ਜੀ, ਅਗਲੀ ਤਸਵੀਰ ਜਿਹੜੀ ਹੈ ਇਹ ਉੱਥੇ ਦੀ ਟਰਾਮ ਸਰਵਿਸ ਹੈ, ਕਿਉਂਕਿ ਹਰ ਚੀਜ਼ ਹੀ ਬੜੀ ਆਪਣੀ ਹੀ ਤਰ੍ਹਾਂ ਦੀ ਹੈ, ਹੋਰ ਸ਼ਾਇਦ ਕਿਸੇ ਸ਼ਹਿਰ ਵਿੱਚ ਨਹੀਂ।
इस तो अगली तस्वीर ए वी कलकत्ते दा एक नज़ारा है किस तरीके हाथ नाल रिक्शे जड़े हैं वो खिंचते हैं। अगली तस्वीर जो है ये विक्टोरिया मेमोरियल दी है जिदे विच काफ़ी सिख धरोहर सिख निशानियाँ इन्हों दे विच सांभियां पईयां हन। इस तो अगली तस्वीर एक होर उत्थे दा सीन है बाज़ारा दा और ये बड़ी सिख संगत गुरद्वारा साहब है जिहड़ी बहुमंजली इमारत है मेन बड़ा बाज़ार दे विच। और इस तो ये संत कुटिया एक कोई संत सन उन्हां दा कोई सेवादार सी वो बंगाली साधु सी उस सेवादार ने उस बंगाली साधु दे बाद इसनों गुरद्वारा संत कुटिया बना दिता और जिहड़ा कि बहुत ही मशहूर स्थान है। कैप्टन पाग सिंह जी जिन्होंने सिख रिव्यू दी बहुत साल सेवा की ए देश दर्पण दा मास्ट है। अगली तस्वीर जिहड़ी है वो नवी प्रभात दा हैड मास्ट है और इस तो अगली तस्वीर दे विच भुपिंदर सिंह सरना सब तो सज्जे पासे जिहड़े देश दर्पण दे और सा ज्ञान सिंह कोटली जिहड़े अजकल कैनेडा विच हन और सा नरेंद्र सिंह जिहड़े सिख रिव्यू नाल जुड़े हन ये उन्हां दी एक यादगारी तस्वीर है। हैलो वाहेगुरु जी की फतेह। हाँ जी पसीन साहब की हाल है? बस ठीक ठाक वीर जी। जी ममता ने जरा हम पंजाबी दा स्कूला पढ़ांदा कीता जी ये बड़ा अच्छा कीता जी। ये दसा जांदा है कि हर धर्म दा आदर करना चाहती है जी 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 सही मैं ठीक विचार दसे बिल्कुल धर्म हर धर्म दा आदर करना जानती है जी। इसने क्या कहता है कि स्कूला पंजाबी को पढ़ना चाहे तो मैं पढ़ा सकनी हां पढ़ने च कोई इतकार नहीं है कि सन कोई नहीं है और सिखा ने जरा जाके उसका वेलकम किया बड़ी अच्छी की अगलिया नु भी पता लगे कि सिख कौम जड़ी है वो भी साडे नाल है जी। सिख दा असी सम्मान करने आ ते सिख ही अगो उसका सम्मान करता है जी जी। ते बिल्कुल सही तुसी कह रहे हो कि जो चौंके कलकत्ते दे विच जिहड़ी भी सरकार आई उन्हें सिखां दा पूरा सत्कार कीता है ये कहण विच कोई इतराज़ नहीं कोई गुरेज़ नहीं बल्कि 1984 विच जिथे दूसरे सूबियां दे विच इतना कुछ होया उस सूबे दे विच कोई घटना दा ना वापरना और सरकार दा सिखां नूं पूरी आज़ादी दे नाल अपनी गल करन देना ये उन्हां दे संविधानक हक दी राखी करना सिख लीडरशिप दा जी सिखां नूं बड़ा मान देंदे जी क्योंकि उन्हां नूं पता है कि साडियां धीआं पैणां दी रक्षा करन वाले सिख हैगे जी जी जी। कई वारी ऐसा होया कि सिखां ने उन्हां दी मदद कीती इसी विच जी बिल्कुल सही है तुहाडी गल। 1947 दे विच वी सिखां ने अपनियां जानां ते खेड के बहुत कुछ जिहड़े उत्थे फसाद हो रहे सी उहदे विच उन्हां ने बहुत योगदान पाया और बगैर किसी वितकरे दे उन्होंने बहुत मदद की। साड़ी कोशिश है जे लाइन मिल सकन पर कुछ शायद तकनीकी कारना करके लाइन उत्थों ट्रांसफर होण विच कोई दिक्कत हो रही है। लाइना तो ब्लिंक कर रही हैं पर देखते हैं जी। तो ये असी जिहड़ी गलबात कर रहे सी कलकत्ते दे बारे शायद कुछ सिस्टम दे विच सानू इशारा हो रहा है कि लाइन कोशिश कर रहे है इधर भेजण दी जी। एनीवे तो ये जिहड़ा असी जिक्र किया मकसद साडा यही सीगा कि असी रोज़ गल जिहड़ी करदे हाँ पंजाब दी पंजाबीयत दी और पंजाबी विरसे दी उस चीज़ नू सांभणा और पंजाब दी धरती तो इतना दूर उहदे पिछे उस धरती दे नाल साडियां भावनावां जुड़ियां हन और वह साहित्यक तौर दे उत्ते भी वह जिहड़ा रिश्ता सी उस नू बहुत ही पीढ़े तौर दे उत्ते कायम किया गया सी। हैलो नहीं मिल रही। हाँ जी हैलो हैलो हाँ जी कौन बोल रहे जी? चरण सिंह गुप्ता बोल रहे जी। जी जी गुप्ताला जी की हाल है थोड़ा जी? ठीक है अल्लाह छावा जी जी तुसी ना बहुत वधिया प्रोग्राम लैंदा ते अगे भी लैंदे जी जी। ते पहली वार ना जी उत्थे पंजाबी सिख दा ना मंत्री बनया जी? नहीं इस तो पहले भी रह चुके है जी रह चुके है वो हाँ जी वो हैगे सिगे टूरिज्म मिनिस्टर मैनू ना भुल गया
ਹੈਗੇ ਸੀਗੇ ਸਰ ਸਾਹਿਬ, ਹਾਂਜੀ ਉਹ ਰਹਿ ਚੁੱਕੇ ਇਸ ਤੋਂ ਪਹਿਲੇ ਵੀ CPM ਦੀ ਸਰਕਾਰ ਦੇ ਵਿੱਚ ਜੀ। ਅੱਛਾ ਜੀ 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 ਪਰ ਚੰਗੀ ਗੱਲ ਹੈ ਇਹਨਾਂ ਨੇ ਬਣਾਇਆ ਔਰ ਜਿਹੜੇ ਹੁਣ ਉੱਥੋਂ ਦੇ ਮੰਤਰੀ ਬਣੇ ਹੈ ਜੀ ਜੀ ਹਾਂਜੀ 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 ਹੈਲੋ ਹਾਂਜੀ ਹਾਂਜੀ ਆਪ ਦੱਸੋ ਕੀ ਕਹਿਣਾ ਚਾਹੁੰਦੇ ਹੋ। ਮੈਂ ਨਾ ਜੀ ਗੱਲ ਕਰਨੀ ਸੀ ਕਲਕੱਤੇ ਦੀ ਨਾ ਲੋਕਾਂ ਦਾ ਟ੍ਰੈਂਡ ਨਹੀਂ ਹੈਗਾ ਜਿਵੇਂ ਸਾਡੇ ਇਹ ਦੇਖੋ ਨਾ ਵੀ ਹਜ਼ੂਰ ਸਾਹਿਬ ਦਾ ਟ੍ਰੈਂਡ ਹੈਗਾ ਹਾਂਜੀ ਇਹ ਕਨੈਕਟੀਵਿਟੀ ਜਿਹੜੀ ਹੈ ਨਾ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਜੀ ਤੇ ਚੰਡੀਗੜ੍ਹ ਤੋਂ ਫਲਾਈਟ ਚਾਹੀਦੀਆਂ ਜਾਣੀਆਂ ਇਸ ਤਰ੍ਹਾਂ ਦੇ ਬੰਦੇ NRI ਜਾਂਦੇ ਨੇ ਨਾ ਜੀ ਉਹਨਾਂ ਦਾ ਵੀ ਤੇਰੇ ਝੁਕਾਅ ਥੋੜਾ ਬਣਾਇਆ ਜਾਵੇ ਜੀ ਤੁਸੀਂ ਗੱਲ ਕਰ ਰਹੇ ਸੀ ਨਾ ਜੀ ਤੇ ਇਹ ਜਥੇ ਆਪੇ ਜਾਣਗੇ ਜੀ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਠੀਕ ਹੈ ਜੀ ਠੀਕ ਚਲੋ ਚਲੋ ਹੁਣ ਸਾਡੀ ਕੋਸ਼ਿਸ਼ ਤਾਂ ਸਹੀ ਕਿ ਅਸੀਂ ਤੁਹਾਡੇ ਨਾਲ ਕਿਉਂਕਿ ਤੁਹਾਡੇ ਕਾਲਸ ਆ ਰਹੀਆਂ ਪਰ ਉਹਦੇ 'ਚ ਕੁਛ ਕਾਰਨਾਂ ਕਰਕੇ ਟ੍ਰਾਂਸਫਰ ਨਹੀਂ ਹੋਏ ਪਰ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਅਤੇ ਤੁਸੀਂ ਸਾਨੂੰ ਫਿਰ ਵੀ ਈਮੇਲ ਕਰ ਸਕਦੇ ਹੋ info@jaspunjabi.com lamba@jaspunjabi.com ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ। ਇੱਕ ਅਖੀਰਲੀ ਕਾਲ ਅਸੀਂ ਲੈਣ ਦੀ ਕੋਸ਼ਿਸ਼ ਕਰ ਲਏ। ਹੈਲੋ ਹੈਲੋ ਨਹੀਂ ਸੋ ਤੁਸੀਂ ਸਾਨੂੰ ਜ਼ਰੂਰ ਈਮੇਲ ਕਰ ਸਕਦੇ ਹੋ ਆਪਣੇ ਵਿਚਾਰ ਦੇ ਸਕਦੇ ਹੋ। ਇੱਕ ਹੋਰ ਪ੍ਰੋਗਰਾਮ ਲੈ ਕੇ ਕੱਲ੍ਹ ਸ਼ਾਮ ਨੂੰ ਈਸਟਰਨ ਟਾਈਮ 8:30 ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ ਸ਼ੁਕਰੀਆ।